ਅੰਮ੍ਰਿਤਸਰ ਦੇ ਸਰਹੱਦੀ ਖੇਤਰ ਰਾਜਾਸਾਨਸੀ ਦੇ ਵਿੱਚ ਪੁਲਿਸ ਅਤੇ ਐਕਸਾਈਜ਼ ਵਿਭਾਗ ਦੇ ਸਾਂਝੇ ਆਪਰੇਸ਼ਨ ਦੇ ਦੌਰਾਨ ਐਕਸਾਈਜ਼ ਵਿਭਾਗ ਤੇ ਪੁਲਿਸ ਦੇ ਵੱਲੋਂ ਨਜਾਇਜ਼ ਸ਼ਰਾਬ ਬਣਾਉਣ ਦੇ ਵਿੱਚ ਇਸਤੇਮਾਲ ਕੀਤੇ ਜਾਣ ਵਾਲੇ ਸਮਾਨ ਨੂੰ ਬਰਾਮਦ ਕਰ ਲਿਆ ਹੈ। ਇਸ ਦੌਰਾਨ ਪੁਲਿਸ ਨੇ ਡਰਮ ਅਤੇ ਹੋਰ ਵੀ ਕਈ ਚੀਜ਼ਾਂ ਬਰਾਮਦ ਕੀਤੀਆਂ ਨੇ। ਜ਼ਿਕਰਯੋਗ ਹੈ ਕਿ ਜਾਣਕਾਰੀ ਦਿੰਦੇ ਹੋਏ ਐਕਸਾਈਜ਼ ਵਿਭਾਗ ਦੇ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਉੱਤੇ ਉਹਨਾਂ ਨੇ ਕਾਰਵਾਈ ਕਰਦੇ ਹੋਏ ਸਫਲਤਾ ਹਾਸਲ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਜਾਣਕਾਰੀ ਦਿੱਤੀ ਗਈ ਸੀ ਕਿ ਇੱਥੇ ਨਜਾਇਜ਼ ਸ਼ਰਾਬ ਬਣਾਉਣ ਦਾ ਕੰਮ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਨੇ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਅਤੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਇਨਾ ਬ੍ਰਹਮਾ ਨੂੰ ਉਹਨਾਂ ਨੇ ਉਥੋਂ ਦੀ ਬ੍ਰਾਹਮਤ ਕੀਤਾ ਐਪੂਲਸ ਅਤੇ ਐਕਸਰਸਾਈਜ਼ ਵਿਭਾਗ ਦਾ ਸਾਂਝਾ ਆਪਰੇਸ਼ਨ ਸੀ ਜਿਸ ਦੌਰਾਨ ਇਹ ਕਾਰਵਾਈ ਅਮਲ ਦੇ ਵਿੱਚ ਲਿਆਉਂਦੇ ਹੋਏ ਉਹਨਾਂ ਨੂੰ ਇਹ ਵੱਡੀ ਕਾਮਯਾਬੀ ਮਿਲੀ ਅਤੇ ਇਸ ਦੌਰਾਨ ਮੈਡਮ ਰਾਜਵਿੰਦਰ ਕੌਰ ਨੇ ਦੱਸਿਆ ਕਿ ਕਿਵੇਂ ਉਹਨਾਂ ਨੇ ਇਸ ਪੂਰੀ ਕਾਰਵਾਈ ਨੂੰ ਅੰਜਾਮ ਦਿੱਤਾ ਗੁਪਤ ਸੂਚਨਾ ਮਿਲਣ ਤੋਂ ਬਾਅਦ ਉਹਨਾਂ ਨੇ ਕਿਵੇਂ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਮੈ ਰਾਜਵਿੰਦਰ ਕੌਰ ਐਕਸਾਈਜ਼ ਇਨਸਪੈਕਟਰ ਜਨਾਲਾ ਸਾਨੂੰ ਪੰਜਾਬ ਸਰਕਾਰ ਦੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਐ ਬੜੀ ਸ਼ਕਤੀ ਹੈ ਇਸ ਕੰਮ ਦੀ ਕਿ ਪਿੰਡਾਂ ਦੇ ਵਿੱਚ ਜਿਹੜਾ ਨਸ਼ਾ ਵਾਹੁ ਦਾ ਖਾਤਮਾ ਕੀਤਾ ਜਾਵੇ ਅਸੀਂ ਅਕਸਰ ਹੀ ਇਹੋ ਜਿਹੇ ਜਿਹੜੇ ਰੇਡ ਆ ਆਮ ਤੌਰ ਤੇ ਹੀ ਇਹ ਸਰਕਲ ਚ ਕਿਉਂਕਿ ਕਾਮੀ ਇਸ ਟਾਈਪ ਦਾ ਬੜਾ ਸੈਂਸਿਟਿਵ ਜਹਾ ਏਰੀਆ ਵਾ ਇੱਥੇ ਔਰੈਡੀਆਂ ਵੀ ਬਹੁਤ ਰੇਡ ਕੀਤੀ ਇਸ ਪਿੰਡ ਚ ਤੇ ਬਹੁਤ ਜ਼ਿਆਦਾ ਹੋਏ ਆ ਇੱਥੇ ਇੱਕ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਸਵੇਰੇ ਕਿ ਇਸ ਪਿੰਡ ਦੇ ਵਿੱਚ ਬੜਾ ਲਾਰਜ ਸਕੇਲ ਤੇ ਕੋਈ ਬੰਦਾ ਕੰਮ ਕਰ ਰਿਹਾ ਵਾ ਅਸੀਂ ਫਿਰ ਆਪਣੀ ਟੀਮ ਨਾਲ ਸਾਰੀ ਨਾ ਤਿਆਰੀ ਕਰਕੇ ਤੇ ਉਹਦੇ ਘਰ ਰੇਡ ਕੀਤਾ ਵਾ ਜਿਹਦੇ ਵਿੱਚ ਸਾਨੂੰ 9 ਕ ਡਰਮ ਜਿਹੜੇ ਆ ਲਾਂਹ ਦੇ ਬਰਾਮਦ ਹੋਏ ਆ ਤੇ ਇੱਕ ਘਰ ਹੋਰ ਸੀ ਉੱਥੋਂ ਵੀ ਕੀਤਾ ਤੋਂ ਤੇ ਤਿੰਨ ਡਰਮ ਉੱਥੋਂ ਮਿਲੇ ਆ ਜਿਹੜੇ ਕਿ ਕਾਫੀ ਜ਼ਿਆਦਾ ਲਾਰਜ ਆਪਾਂ ਸਮਝ ਸਕਦੇ ਆ ਕਿ ਰਿਕਵਰੀ ਹੈਗੀ ਆ ਦੇਖੋ ਜੇ ਇੰਨਾ ਇੰਨਾ ਜ਼ਿਆਦਾ ਸਮਾਨ ਇੱਕ ਘਰ ਦੇ ਵਿੱਚ 9-9 ਡਰਮ ਹੋਣਗੇ ਤੇ ਗਵਰਨਮੈਂਟ ਦਾ ਜਿਹੜਾ ਰੈਵਨਿਊ ਆ ਉਹ ਕਿੱਥੇ ਜਾ ਕੇ ਖਲੋਏਗਾ ਉਹ ਤਾਂ ਬਹੁਤ ਜ਼ਿਆਦਾ ਲੌਸ ਆ ਤੇ ਅਸੀਂ ਆਪਣੀ ਡਿਊਟੀ ਨੂੰ ਡਿਊਟੀ ਵਾਂਗੂ ਹੀ ਹਮੇਸ਼ਾ ਨਿਭਾਉਨੇ ਆ ਅੱਜ ਇੱਕ ਬੜਾ ਮੇਜਰ ਜਿਹਾ ਰੇਡ ਕੀਤਾ ਜਿਸ ਦੇ ਵਿੱਚ ਕਾਫੀ ਜਿਆਦਾ ਸਾਡੀ ਵੱਡੀ ਹੈਵੀ ਰਿਕਵਰੀ ਹੋਈ ਆ ਤੇ ਹੁਣ ਅਸੀਂ ਸਾਰਾ ਮਾਲ ਮੁਕਦਮਾ ਲੈ ਕੇ ਥਾਣੇ ਪਹੁੰਚੇ ਆ ਐਸਐਸਓ ਸਾਹਮਣੇ ਗੱਲ ਕੀਤੀ ਆ ਤੇ ਇਹਨਾਂ ਬੰਦਿਆਂ ਦੇ 61 14 ਸਾਡੀ ਐਕਸਾਈਜ਼ ਦੀ ਐਕਟ ਦੀ ਉਲੰਘਣਾ ਕੀਤੀ ਆ ਉਹਦੇ ਬਾਬਤ ਅਸੀਂ ਹੁਣ ਕਾਨੂੰਨੀ ਕਾਰਵਾਈ ਵਾਸਤੇ ਥਾਣੇ ਲਿਖ ਕੇ ਦੇ ਰਹੇ ਆ ਜੋ ਵੀ ਕਾਰਵਾਈ ਹੋਏਗੀ ਉਹ ਤੁਹਾਨੂੰ ਬਾਅਦ ਚ ਦੱਸ ਦਿੱਤਾ ਜਾਵੇਗਾ ਐਫਆਈਆਰ ਲੌਂਚ ਹੋਣ ਜਾ ਰਹੀ ਹੈ ਪਿੰਡ ਹੈਗਾ ਜੀ ਕੋਟਲੀ ਸਕਾ ਇੱਕ ਮੁੰਡਾ ਹੈਗਾ ਭਗਵੰਤ ਸਿੰਘ ਸਾਨੋ ਫਰਵੇਲ ਸਿੰਘ ਦੂਸਰਾ ਹੈਗਾ ਸੋਨੂ ਉਰਫ ਨਿਸ਼ਾਨ ਸਿੰਘ ਪੁੱਤਰ ਜਗੀਰ ਸਿੰਘ ਹੈਨਾ ਹਾਂਜੀ ਕਾਫੀ ਕਾਫੀ ਇਹ ਤੇ ਹੁਣ ਸਧਾਰਨ ਵਾਸਤੇ ਤੇ ਦੇਖੋ ਮੈਂ ਕੀ ਆਪਣੇ ਕੋਲ ਰੱਖਿਆ ਹੋਇਆ ਮੈਂ ਤੇ ਇਹੀ ਕਰ ਸਕਦੀ ਆ ਵੀ ਇਹਨਾਂ ਨੂੰ ਇੰਨੇ-ਇਨੇ ਪਰਚੇ ਆਲਰੇਡੀ ਇਹਨਾਂ ਤੇ ਹੋਏ ਇਹਨਾਂ ਨੂੰ ਇੰਨੀ ਸ਼ਕਤੀ ਦੇ ਬਾਵਜੂਦ ਵੀ ਇਹਨਾਂ ਲੋਕਾਂ ਨੂੰ ਜੇ ਕੋਈ ਨਹੀਂ ਡਰ ਤੇ ਅਸੀਂ ਉਹਦੇ ਵਿੱਚ ਹੁਣ ਕੀ ਕਰ ਸਕਦੇ ਹਾਂ ਸਾਨੂੰ ਤੇ ਜਦੋਂ ਵੀ ਪਤਾ ਲੱਗਦਾ ਵੀ ਇਹ ਬੰਦੇ ਉੱਥੇ ਡਰਮ ਪਾ ਕੇ ਬੈਠੇ ਆ ਜਾਂ ਕੋ ਲਾਣ ਜਾਂ ਸ਼ਰਾਬ ਹੈ ਇਹਨਾਂ ਦੇ ਕੋਲ ਅਸੀਂ ਇਮੀਡੀਏਟਲੀ ਉਸ ਵੇਲੇ ਰੇਡ ਕਰਕੇ ਲਿਆ ਕੇ ਤੇ ਇਹਨਾਂ ਦੇ ਖਿਲਾਫ ਹਮੇਸ਼ਾ ਹੀ ਕਾਨੂੰਨੀ ਕਾਰਵਾਈ ਕਰਦੇ ਰਹੇ ਹਾਂ ਕਿਉਂਕਿ ਆਲਰੇਡੀ ਵੀ ਇਹਨਾਂ ਬੰਦਿਆਂ ਦੇ ਪਰਚੇ ਆ ਗਏ ਆ ਥਾਣੇ ਦੇ ਵਿੱਚ ਚੇਤਾਵਨੀ ਦੇਣਾ ਚਾਹੀਦਾ ਚੇਤਾਵਨੀ ਮੇਰੇ ਵੱਲੋਂ ਤੇ ਮੇਰੇ ਡਿਪਾਰਟਮੈਂਟ ਵੱਲੋਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਰਾਜਸਾਂਸੀ ਜੋ ਜਿਹੜੀ ਇੱਥੇ ਹੈਗੀ ਆ ਪੁਲਿਸ ਇਹਨਾਂ ਸਾਰਿਆਂ ਵੱਲੋਂ ਹੀ ਅਸੀਂ ਰਲ ਮਿਲ ਕੇ ਹੀ ਕੰਮ ਕਰਦੇ ਹਮੇਸ਼ਾ ਹੀ ਮੇਰੇ ਨਾਲ ਹੁੰਦੇ ਆ ਥਾਣੇ ਵਾਲੇ ਵੀ ਤੇ ਅਸੀਂ ਤੇ ਚੇਤਾਵਨੀ ਇਹ ਹੀ ਦਵਾਂਗੇ ਕਿ ਆਪਣੇ ਕੰਮਾਂ ਤੋਂ ਬਾਜ਼ ਆ ਜਾਣ ਤੇ ਬਾਰ 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 ਸਾਨੂੰ ਇਸ ਤਰ੍ਹਾਂ ਪਰੇਸ਼ਾਨੀ ਵੀ ਸਾਨੂੰ ਵੀ ਹੁੰਦੀ ਹੈ ਜਦੋਂ ਅਸੀਂ ਇੱਕੋ ਕੰਮ ਨੂੰ ਰੋਜ਼ ਰੋਜ਼ ਹੀ ਕਰਦੇ ਆ ਜਾ ਕੇ ਫੜਦੇ ਆ ਲੋਕਾਂ ਨੂੰ ਤੇ ਇਹਨਾਂ ਨੂੰ ਤੇ ਰਹਿਣੀ ਰਹਿਣੀ ਹੈ ਜੇ ਨਹੀਂ ਹਟਣਗੇ ਤੇ ਜਿੰਨੀ ਵਾਰੀ ਵੀ ਫੜੇ ਜਾਣਗੇ ਓੰਨੀ ਵਾਰੀ ਹੀ ਇਹਨਾਂ ਦੇ ਅਗੇਂਸਟ ਕਾਨੂੰਨੀ ਕਾਰਵਾਈ ਹੋਏਗੀ